ਅਨੁਸਾਬ ਅੱਜ ਪਰਲ ਗਰੁੱਪ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹ ਢਾਈਆਂ ਗਈਆਂ ਨੇ ਅੱਜ ਬੁਲਡੋਜ਼ਰ ਉਹਨਾਂ ਜਾਇਦਾਦਾਂ ਤੇ ਚੱਲਿਆ ਇਹ ਪੂਰਾ ਮਾਮਲਾ ਕੀ ਹੈ ਜੀ ਇਹ ਕਹਿੰਦਾ ਬਹੁਤ ਦੇਰ ਬਾਅਦ ਚੱਲਿਆ ਜਿਹੜੇ ਬੰਦੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਆਂਢ ਗੁਆਂਢ ਦੇ ਰਾਜਾਂ ਦੇ ਵਿੱਚ ਪਤਾ ਨਹੀਂ ਕਿੱਥੋਂ ਤੱਕ ਲੋਕਾਂ ਦੇ ਘਰਾਂ 'ਚ ਤਬਾਹੀ ਮਚਾਤੀ ਹੋਵੇ ਸਾਰਾ ਕੁਝ ਲੁੱਟ ਪੁੱਟ ਕੇ ਤੇ ਜਾ ਕੇ ਐਸ ਕਰਦਾ ਪਿਆ ਹੋਵੇ ਉਹ ਵੀ ਤੇ ਉਹਦਾ ਸਾਰਾ ਟੱਬਰ ਵੀ ਜੀ ਉਹਦੀਆਂ ਜਾਇਦਾਦਾਂ ਦੇ ਉੱਤੇ ਬਲਡੋਜ਼ਰ ਚੱਲਦਿਆਂ ਚੱਲਦਿਆਂ ਇੰਨਾ ਚਿਰ ਕਿਉਂ ਹੋ ਗਿਆ ਪੰਜਾਬ ਦੇ ਲੋਕ ਤਾਂ ਬਹੁਤ ਦੇਰ ਤੇ ਉਡੀਕਦੇ ਪਏ ਸੀ ਪਿਛਲੀਆਂ ਪੰਜਾਬ ਵਿੱਚ ਜਿਹੜੀਆਂ ਦੋ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਵਾਰੀ ਵਾਰੀ ਉਹਨਾਂ ਸਾਰੀਆਂ ਨਾਲ ਇਹਦੀ ਅੱਖ ਰਲੀ ਹੋਈ ਸੀ ਅਤੇ ਇਸ ਕਰਕੇ ਕੋਈ ਇਹਦੇ ਖਿਲਾਫ਼ ਕਾਰਵਾਈ ਨਹੀਂ ਸੀ ਕਰਦਾ ਜਦੋਂ ਬੇਅਦਬੀ ਕਾਂਡ ਹੋਇਆ 2015 'ਚ ਤਾਂ ਅਕਾਲੀਆਂ ਦੇ ਖਿਲਾਫ਼ ਲੋਕ ਬਹੁਤ ਸਨ ਉਸ ਤੋਂ ਬਾਅਦ 2016 'ਚ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ 'ਤੇ ਇੱਕ ਰੈਲੀ ਬਠਿੰਡੇ ਕੀਤੀ ਸੀ ਰੈਲੀ ਬਹੁਤ ਵੱਡੀ ਕਰ ਲਈ ਸੀ ਉਹਨੇ ਪਤਾ ਨਹੀਂ ਕਿਸ ਤਰ੍ਹਾਂ ਕਰ ਲਈ ਪਬਲਿਕ ਉਹਦੇ ਨਾਲ ਜਾਪਦੀ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀ ਉਸੇ ਥਾਂ 'ਤੇ ਮੈਂ ਰੈਲੀ ਕਰੂੰ ਅਤੇ ਐਨ ਉਸੇ ਥਾਂ 'ਤੇ ਉਹਨੇ ਉਹ ਤੋਂ ਵੱਡੀ ਰੈਲੀ ਕੀਤੀ ਸੀ ਦੋਵੇਂ ਖੁਸ਼ ਹੋ ਗਏ ਇੱਕ ਨੇ ਆਖਿਆ ਰੈਲੀ ਬਹੁਤ ਵੱਡੀ ਹੋਈ ਦੂਜੇ ਨੇ ਆਖਿਆ ਤੇਰੇ ਤੋਂ ਵੀ ਵੱਡੀ ਹੋਈ ਪਰ ਸਾਡੇ ਲਈ ਦੁੱਖ ਵਾਲੀ ਗੱਲ ਇਹ ਸੀ ਕਿ ਦੋਵਾਂ ਨੇ ਰੈਲੀਆਂ ਕਰਨ ਲਈ ਜਿਹੜੀ ਜ਼ਮੀਨ ਵਰਤੀ ਉਹ ਉਸ ਪਰਲ ਕੰਪਨੀ ਦੀ ਲੋਕ ਦੱਸਦੇ ਸੀ ਜਿਹੜੀ ਪਰਲ ਕੰਪਨੀ ਲੋਕਾਂ ਦਾ ਉਦੋਂ ਕਹਿੰਦੇ ਸੀ 30,000 ਕਰੋੜ ਮਾਰ ਕੇ ਭੱਜ ਗਈ ਪੇਪਰ ਲੱਗਾ 40-50-60 ਹੁਣ ਦੱਸਿਆ ਜਾਂਦਾ ਕਿ 80,000 ਕਰੋੜ ਤੋਂ ਵੱਧ ਮਾਰ ਕੇ ਭੱਜ ਚੁੱਕੀ ਆ ਇਹਨਾਂ ਦੋਵਾਂ ਸਰਕਾਰਾਂ ਦੇ ਰਾਜ ਵੇਲੇ ਕਹਿਣ ਨੂੰ ਉਹ ਜੇਲ੍ਹ ਵਿੱਚ ਹੁੰਦਾ ਸੀ ਪਰ ਅਸਲ ਵਿੱਚ ਉੱਥੋਂ ਕਹਿ ਕੇ ਕਿ ਮੈਂ ਬਿਮਾਰ ਹਾਂ ਹਸਪਤਾਲ ਦੀ ਪਰਚੀ ਬਣਾ ਲੈਂਦਾ ਸੀ ਜੇਲ੍ਹ ਦੇ ਡਾਕਟਰ ਵੀ ਇਹੋ ਜਿਹਾ ਨੂੰ ਬਿਮਾਰੀ ਦੀ ਪਰਚੀ ਝੱਟ ਬਣਾ ਦਿੰਦੇ ਆ ਅਤੇ ਜਿਹੜੇ ਅਸਲੀ ਬਿਮਾਰ ਆ ਕਿਉਂਕਿ ਪੈਸੇ ਨਹੀਂ ਦੇਣ ਜੋਗੇ ਉਹ ਜੇਲ੍ਹ 'ਚ ਅੱਡੀਆਂ ਰਗੜ ਰਗੜ ਕੇ ਮਰ ਜਾਂਦੇ ਆ ਅਤੇ ਉਹਨਾਂ ਦੇ ਘਰਦਿਆਂ ਨੂੰ ਲਾਸ਼ ਵੀ ਕਈ ਕਈ ਦਿਨ ਤਰਲੇ ਕਢਵਾ ਕੇ ਫਿਰ ਦਿੱਤੀ ਜਾਂਦੀ ਆ ਕਿਉਂਕਿ ਉਹ ਕੁਝ ਬੁਰਕੀ ਨਹੀਂ ਕਿਸੇ ਨੂੰ ਪਾਉਣ ਜੋਗੇ ਇਹਨੂੰ ਉੱਥੋਂ ਫਟਾਫਟ ਹਰ ਵਾਰੀ ਆਰਡਰ ਮਿਲ ਜਾਂਦਾ ਸੀ ਕਿ ਬਿਮਾਰ ਆ ਹਸਪਤਾਲ ਲੈ ਜਾਓ ਅਤੇ ਹਸਪਤਾਲ ਵੀ ਸਧਾਰਨ ਨਹੀਂ ਇਹਨੂੰ ਲਗਜ਼ਰੀ ਹਸਪਤਾਲਾਂ 'ਚ ਲੈ ਜਾਂਦੇ ਸੀ ਅਤੇ ਉੱਥੇ ਕਮਰੇ ਜਿਹੜੇ ਆ ਇਹਦੇ ਵਾਸਤੇ ਰੂਮ ਸੂਟ ਬੁੱਕ ਹੋ ਜਾਂਦੇ ਸੀ ਉੱਥੋਂ ਬੈਠ ਕੇ ਆਪਣੇ ਦਫ਼ਤਰ ਚਲਾਉਂਦਾ ਐਸ਼ ਕਰਦਾ ਸੀ ਸਾਰਾ ਕੁਛ ਹੁੰਦਾ ਰਿਹਾ ਸੀ ਲੋਕ ਬੋੜੀ ਬੋੜੀ ਕਰਦੇ ਸੀ ਲੁੱਟ ਕੇ ਖਾ ਗਿਆ ਲੁਟੇਰਾ ਐਸ਼ ਕਰਦਾ ਇਸ ਨਿਰਮਲ ਸਿੰਘ ਪੰਗੂ ਦੇ ਖਿਲਾਫ਼ ਅਮਲ ਵਿੱਚ ਕਾਰਵਾਈ ਹੁਣ ਤੱਕ ਕਿਸੇ ਨੇ ਕੀਤੀ ਨਹੀਂ ਸੀ ਆ ਪਿਛਲੇ ਸਾਲ ਤੋਂ ਜਿਹੜੀ ਸਰਕਾਰ ਆਈ ਉਹਨੇ ਕਾਰਵਾਈ ਕਰਨੀ ਸ਼ੁਰੂ ਕੀਤੀ ਆ ਪਰ ਇਹਦੇ ਰਾਜ ਵਿੱਚ ਵੀ ਕਾਰਵਾਈ ਅਜੇ ਢਿੱਲੀ ਆ ਲੋਕਾਂ ਦੀ ਤਸੱਲੀ ਨਹੀਂ ਅਜੇ ਹੋ ਰਹੀ ਆ ਪਿੱਛੇ ਜੇ ਇਹ ਹੋਇਆ ਕਿ ਨਿਰਮਲ ਸਿੰਘ ਪੰਗੂ ਤਾਂ ਪਹਿਲਾਂ ਜੇਲ੍ਹ ਵਿੱਚ ਸੀ ਇਹਦੇ ਪਰਿਵਾਰ ਦੇ 1-2-3 ਜੀ ਹੌਲੀ ਹੌਲੀ ਫੜੇ ਜਾਣ ਲੱਗ ਪਏ ਇੱਕੇ ਦਾ ਕੋਈ ਅਕਾਊਂਟੈਂਟ ਵੀ ਫੜਿਆ ਗਿਆ ਉਹਨੇ ਰਾਜਸਥਾਨ ਦੇ ਵਿੱਚ ਜਿੱਥੇ ਇਹਦਾ ਦਫ਼ਤਰ ਸੀ ਉਸ ਦਫ਼ਤਰ ਦੇ ਐਡਰੈਸ ਦੇ ਉੱਤੇ ਕਾਗਜ਼ਾਂ ਵਿੱਚ ਮੀਟਿੰਗ ਹੋਈ ਦੀ ਕਾਰਵਾਈ ਲਿਖ ਦਿੱਤੀ ਬਾਅਦ ਵਿੱਚ ਪਤਾ ਲੱਗਾ ਕਿ ਜਿੱਥੇ ਕਾਰਵਾਈ ਹੋਈ ਲਿਖੀ ਗਈ ਜਿਹੜਾ ਦਫ਼ਤਰ ਦੱਸਿਆ ਗਿਆ ਉਹ ਦਫ਼ਤਰ ਤਾਂ ਕਈ ਸਾਲ ਪਹਿਲਾਂ ਦਾ ਬੰਦ ਹੋ ਚੁੱਕਾ ਉੱਥੇ ਤਾਂ ਦਫ਼ਤਰ ਹੀ ਕੋਈ ਨਹੀਂ ਅਤੇ ਕਾਰਵਾਈ ਇਹਨਾਂ ਸੜਕ 'ਤੇ ਬਹਿ ਕੇ ਲਿਖੀ ਸੀ ਕਿ ਕਿਸੇ ਪਿੰਡ ਦੀ ਫਿਰਨੀ ਦੇ ਉੱਤੇ ਲੱਗੀਆਂ ਰੂੜੀਆਂ ਦੇ ਉੱਤੇ ਬੈਠੇ ਸਨ ਇਹ ਕੰਮ ਵੀ ਹੋਇਆ ਸੀ ਉਹਦੇ ਤੋਂ ਬਾਅਦ ਵਿਜੀਲੈਂਸ ਨੇ ਅਤੇ ਪੁਲਿਸ ਨੇ ਕਾਰਵਾਈ ਤੇਜ਼ ਕੀਤੀ ਅਤੇ ਫਿਰ ਇਹਨਾਂ ਦੀਆਂ ਜਾਇਦਾਦਾਂ ਸਾਰੀਆਂ ਲੱਭੀਆਂ ਗਈਆਂ ਉਹ ਜਾਇਦਾਦਾਂ ਪੰਜਾਬ ਵਿੱਚ ਵੀ ਆ ਪੰਜਾਬ ਤੋਂ ਬਾਹਰ ਵੀ ਦੱਸੀਆਂ ਜਾਂਦੀਆਂ ਜਿੰਨੀਆਂ ਕੁ ਲੱਭੀਆਂ ਗਈਆਂ ਉਹਨਾਂ ਉੱਤੇ ਨੋਟਿਸ ਲਾ ਦਿੱਤੇ ਗਏ ਬਾਕੀਆਂ ਵਾਸਤੇ ਕਾਰਵਾਈ ਚੱਲਦੀ ਪਈ ਹੈ ਲੋਕ ਉਡੀਕਦੇ ਸੀ ਕਿ ਐਡੇ ਐਡੇ ਵੱਡੇ ਕੰਪਲੈਕਸ ਬਣੇ ਪਏ ਆ ਇਹ ਕੰਪਲੈਕਸ ਸਰਕਾਰ ਹੁਣ ਤੱਕ ਕਬਜ਼ੇ 'ਚ ਕਿਉਂ ਨਹੀਂ ਕਰਦੀ ਪਈ ਕੀਤੇ ਜਾਣੇ ਚਾਹੀਦੇ ਆ ਅੱਜ ਬਠਿੰਡੇ ਤੋਂ ਇੱਕ ਖਬਰ ਆਈ ਹੈ ਜਿਹੜੇ ਉਹਨਾਂ ਲੋਕਾਂ ਦੇ ਕਾਲਜੇ ਨੂੰ ਥੋੜ੍ਹੀ ਜਿਹੀ ਠੰਡ ਪਵੇਗੀ ਜਿਨ੍ਹਾਂ ਨੂੰ ਇਹ ਬੰਦਾ ਨਿਰਮਲ ਸਿੰਘ ਪੰਗੂ ਅਤੇ ਉਹਦੇ ਜੋੜੀਦਾਰ ਲੁੱਟ ਕੇ ਖਾ ਗਏ ਆ ਖਬਰ ਇਹ ਦੱਸਦੀ ਆ ਕਿ ਬਠਿੰਡੇ ਦੇ ਡਿਪਟੀ ਕਮਿਸ਼ਨਰ ਨੇ ਆਰਡਰ ਕੀਤਾ ਕਿ ਆ ਨਜਾਇਜ਼ ਬਣਾਈਆਂ ਬਿਲਡਿੰਗਾਂ ਇਹਨਾਂ ਦੀਆਂ ਢਾਹਤੀਆਂ ਜਾਣ ਉਹਦੇ ਤੋਂ ਬਾਅਦ ਪੁਲਿਸ ਨਾਲ ਗਈ ਆ ਅਤੇ ਕਾਰਵਾਈ ਹੋ ਗਈ ਹੈ ਔਰ ਸਾਰੇ ਦੇ ਸਾਰੇ ਕਹਿੰਦੇ ਆ ਜੀ ਮੁੱਖ ਮੰਤਰੀ ਦੇ ਸਖ਼ਤ ਹੁਕਮ ਹੈ ਕਿ ਜਿੱਥੇ ਜਿੱਥੇ ਇਹੋ ਜਿਹੇ ਬੰਦਿਆਂ ਨੇ ਨਜਾਇਜ਼ ਹੋਈਆਂ ਬਿਲਡਿੰਗਾਂ ਬਣਾਈਆਂ ਕੰਪਲੈਕਸ ਬਣਾਏ ਆ ਉਹਨਾਂ ਸਾਰਿਆਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਕੀ ਕਾਰਵਾਈ ਕਰਨੀ ਚਾਹੀਦੀ ਹੈ ਦੱਸਣਾ ਮੁੱਖ ਮੰਤਰੀ ਦਾ ਕੰਮ ਨਹੀਂ ਹੁੰਦਾ ਇਹ ਅੱਗੋਂ ਅਫਸਰਸ਼ਾਹੀ ਨੇ ਡਿਪਟੀ ਕਮਿਸ਼ਨਰ ਨੇ ਕਿਉਂਕਿ ਡਿਪਟੀ ਕਮਿਸ਼ਨਰ ਸਿਰਫ ਡਿਪਟੀ ਕਮਿਸ਼ਨਰ ਨਹੀਂ ਹੁੰਦਾ ਡਿਪਟੀ ਕਮਿਸ਼ਨਰ ਡਿਸਟ੍ਰਿਕਟ ਮੈਜਿਸਟਰੇਟ ਵੀ ਹੁੰਦਾ ਕਿਸੇ ਇਲਾਕੇ 'ਚ ਧਾਰਾ 144 ਲਾਉਣੀ ਆ ਲੋਕਾਂ ਨੂੰ 4 ਬੰਦੇ ਇਕੱਠੇ ਹੋਣ ਤੋਂ ਰੋਕਣਾ ਕਿਸੇ ਇਲਾਕੇ ਦੇ ਵਿੱਚ ਪਟਾਕੇ ਬੰਦ ਕਰਨੇ ਕਿ ਦਿਵਾਲੀ 'ਤੇ ਨਾ ਚਲਾਇਓ ਇਹ ਸਾਰੇ ਹੁਕਮ ਜਿੰਨੇ ਆ ਕਿਸੇ ਇਲਾਕੇ ਦੇ ਵਿੱਚ ਠੀਕਰੀ ਪਹਿਰਾ ਲਾਉਣਾ ਕਿਸੇ ਇਲਾਕੇ 'ਚ ਲੋਕਾਂ ਨੂੰ ਰਾਤ ਨੂੰ ਤੁਰਨ ਫਿਰਨ ਤੋਂ ਰੋਕਣਾ ਇਹ ਸਾਰੇ ਕੰਮ ਡਿਸਟ੍ਰਿਕਟ ਮੈਜਿਸਟਰੇਟ ਕਰਦਾ ਅਤੇ ਡਿਸਟ੍ਰਿਕਟ ਮੈਜਿਸਟਰੇਟ ਜਿਹੜਾ ਕੋਈ ਵੱਖਰਾ ਨਹੀਂ ਹੁੰਦਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਕੋਲ ਹੀ ਡਿਸਟ੍ਰਿਕਟ ਮੈਜਿਸਟਰੇਟ ਦੀਆਂ ਉਹ ਸਾਰੀਆਂ ਪਾਵਰਾਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਉਹ ਇਹ ਕੰਮ ਕਰ ਸਕਦਾ ਬਠਿੰਡੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਅੱਜ ਜਿਹੜਾ ਕੰਮ ਕੀਤਾ ਬਕਾਇਦਾ ਕਾਨੂੰਨੀ ਤੌਰ 'ਤੇ ਕੀਤਾ
और ये करना बड़े चिर का पहला का बनता से जो हूँ किया गया। मैं समझा डिप्टी कमिश्नर ने ठीक किया और होर भी जिते जिते करने की लड़ है उन्होंने फटाफट करना चाहिए। लोग बहुत अके पे ये तो पहले एक बार एक सियाल कंपनी वो लोगों को लुट के लै गई ना उन्होंने गर्मिया जोगे छड़िया ना सियाल जोगे हनाल वास्ते वो तो बाद हुण ये कम चलता पिया। ये तो पहला 1988-99 एक प्रभात कंपनी लुट के लै गई सी। इहोजियां हुण तक 100 तो वध कंपनियां लुट के लै गईयां ने पर पंजाब विच चिट फंड कंपनियां तो शुरू होके परल ग्रीन तक ये कम 1970 तो चलता आया। पहले छापे 1970-71-72 च वजे सन उदों तो लैके चलता है। कम कितना कितने बंद होना चाहिए ने लोगों की मेहनत कमाई लुटी जा रही है।